ਹਾਂਜੀ ਬਾਬੇ, ਹੋ ਕਿਵੇਂ ਹੋ? ਵੈਲਕਮ ਟੂ ਅਨਦਰ ਵਲੋਗ। ਅਤੇ ਅੱਜ ਮੈਂ ਥੋੜ੍ਹਾ ਰੈਡੀ ਹੋ ਗਿਆ। ਅੱਜ ਆਪਾਂ ਚੱਲੇ ਜੀ ਯੂਨੀਵਰਸਿਟੀ, ਕਿਉਂਕਿ ਇੱਥੇ ਪੜ੍ਹਨੀ ਆ ਅਤੇ ਇਨਰੋਲਮੈਂਟ ਅੱਜ ਓਰੀਐਂਟੇਸ਼ਨ ਆ। ਤੁਹਾਨੂੰ ਦਿਖਾਵਾਂਗੇ ਕੀ ਚੱਕਰ ਹੁੰਦਾ ਕੀ ਨਾ। ਪਹਿਲਾਂ ਟ੍ਰੇਨ ਲੈਂਦੇ ਹਾਂ ਜਾ ਕੇ, ਅਤੇ ਦੇਖਦੇ ਕੀ ਬਣਦਾ। ਪੜ੍ਹਨਾ ਅੱਜ ਬਹੁਤ, ਆਪਣੇ ਫਰੈਂਡ ਵੀ ਮਿਲਣਗੇ, ਪੰਜਾਬੀ ਪੰਜਾਬਣਾ ਵੀ ਮਿਲਣਗੇ ਆ। ਅਤੇ ਮੈਂ ਚੱਲਿਆ ਸਟੇਸ਼ਨ 'ਤੇ। ਅੱਜ ਮੈਂ ਲੇਟ ਹੋ ਗਿਆ ਤਾਂ ਕਰਕੇ ਰੋਟੀ ਇਕੱਲੀ ਖਾ ਕੇ ਆ ਗਿਆ, ਨਾਲ ਨਹੀਂ ਲੈ ਕੇ ਆਇਆ, ਇੰਨੀ ਬਣੀ ਨਹੀਂ। ਇੱਥੇ ਮੰਮੀ ਤਾਂ ਹੈ ਨਹੀਂ ਵੀ ਬਣਾ ਕੇ ਰੱਖ ਦੂ। ਅਤੇ ਸਟੇਸ਼ਨ 'ਤੇ ਚੱਲਦੇ ਹਾਂ ਹੁਣ, ਫਿਰ ਦੇਖਦੇ ਹਾਂ ਕੀ ਬਣਦਾ ਹੈ। 8 ਵੱਜ ਕੇ ਸ਼ਾਇਦ ਮੈਂ ਯੂਨੀਵਰਸਿਟੀ 5-7 ਮਿੰਟ ਲੇਟ ਹੋ ਜਾਂ। ਬਾਕੀ ਇੱਧਰ ਬੱਦਲ ਵਾਲੇ ਘੈਂਟ ਰਹਿੰਦੇ ਨੇ, ਪਿੱਛੇ ਦੇਖੋ ਇਹ ਬੱਦਲ, ਬੱਦਲਾਂ ਦਾ ਸੀਨ ਵਾਲਾ ਘੈਂਟ ਹੈ। ਅਤੇ ਬਾਕੀ ਸਟੇਸ਼ਨ 'ਤੇ ਜਾ ਕੇ ਕਰਦੇ ਗੱਲ। Washed up, don't want to believe it. ਹਾਂਜੀ ਬਾਬੇ, ਉਹ ਹਾਂਜੀ ਬਾਬੇ, ਟਿਕਟ ਲੈ ਲਈ ਆਪਾਂ। ਅਤੇ ਹੈ ਨਾ, ਮਤਲਬ ਪੰਡੀਏ ਦੀ ਯਾਦ ਆਈ ਮੈਨੂੰ, ਹੈ ਨਾ, ਕਿਉਂ ਉੱਥੇ ਪਿੰਡ ਸਟੇਸ਼ਨ 'ਤੇ ਭਾਈ ਜਿਹਾ ਕਾਲਾ ਛੱਡ ਜਾਂਦਾ ਸੀ, ਅਤੇ ਉਰੇ ਚੀਜ਼ ਦਾ ਬੜਾ ਔਖਾ, ਆਪ ਹੀ ਤੁਰ ਜਾਣਾ ਪੈਂਦਾ, ਆਪ ਹੀ ਜਦੋਂ ਕੰਮ ਤੋਂ ਆਉਣਾ ਆਪ ਹੀ ਜਾਣਾ ਪੈਂਦਾ। ਉੱਥੇ ਤਾਂ ਕਹਿ ਦਿੰਦੇ ਸੀ ਛਾਜ ਲਿਆ ਕੇ ਫੋਨ, ਬਾਈ ਲੈ ਜਾ ਛਾਜ ਲਿਆ ਕੇ, ਟ੍ਰੇਨ ਪਹਿਲੀ ਖੜਾ ਹੀ ਰੱਖਦੇ ਸੀ ਉੱਥੇ ਸਟੇਸ਼ਨ 'ਤੇ ਲੈ ਕੇ, ਇੱਥੇ ਆਪ ਹੀ ਤੁਰ ਕੇ ਆਉਣਾ ਪੈਂਦਾ ਮੇਰੇ। ਅਤੇ ਹੁਣ ਜਾਂਦੇ ਹਾਂ ਬਰਫ ਸਿਟੀ, ਬਰਫ ਸਿਟੀ ਤੋਂ ਜਾਵਾਂਗੇ ਯੂਨੀਵਰਸਿਟੀ। ਅਤੇ ਜੇ ਜੋ ਉਹ 'ਚ ਟ੍ਰੇਨ 'ਚ ਬਣਿਆ ਟਾਈਮ ਲਾਈਫ ਉਹ ਦਿਖਾ ਦਾਂਗੇ ਤੁਹਾਨੂੰ, ਸ਼ਾਇਦ ਵੀ ਬਣੇ, ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਔਖਾ ਹੁੰਦਾ, ਕੋਈ ਪ੍ਰਾਈਵੇਟ ਚੀਜ਼ ਇੱਥੇ ਜ਼ਿਆਦਾ ਰੱਖਦੇ ਨੇ ਤਾਂ ਕਰਕੇ ਥੋੜ੍ਹਾ ਔਖਾ ਹੁੰਦਾ। ਜੇ ਬੱਸ 'ਚ ਸੀਟ ਇੱਕ ਹੁੰਦੀ ਹੈ ਤਾਂ ਕਰਕੇ ਬਣਾ ਦਾਂਗੇ। ਓਕੇ, ਅਤੇ ਬਾਕੀ ਯੂਨੀਵਰਸਿਟੀ ਦੇਖਦੇ ਹਾਂ, ਹੈ ਨਾ, ਅੱਜ ਮਿਲੂਗਾ ਵਧੀਆ ਆਸਟ੍ਰੇਲੀਆ ਵੀ। ਹਾਂ ਆਸਟ੍ਰੇਲੀਆ ਆ, ਆਸਟ੍ਰੇਲੀਆ ਲੋਕ ਅਤੇ ਆਸਟ੍ਰੇਲੀਆ ਬਾਰੇ ਹੋਰ ਪਤਾ ਲੱਗੂਗਾ, ਨਹੀਂ ਤਾਂ ਜੇ ਘਰ ਜਾ ਕੰਮ ਸੀ ਮੈਂ ਘਰ ਹੀ ਰਹਿੰਦੇ ਸੀ, ਉਹ ਤਾਂ ਜਾਂ 1-2 ਵਾਰ ਕੰਮ ਭਾਲਿਆ ਤਾਂ ਕਰਕੇ ਔਖਾ ਥੋੜ੍ਹਾ ਜਿਹਾ। ਅਤੇ ਮਿਲਦੇ ਹਾਂ ਜੀ ਪਰਥ ਸਿਟੀ ਜਾ ਕੇ। ਪੈ ਗਿਆ ਜੀ ਟ੍ਰੇਨ 'ਚ ਦੁਬਾਰੇ ਸਿਟੀ ਤੋਂ, ਅਤੇ ਸਿਟੀ ਮੈਂ ਭੱਜ ਕੇ ਟ੍ਰੇਨ ਲੈ ਗਿਆ ਤਾਂ ਕਰਕੇ ਥੋੜ੍ਹਾ ਲੱਗਿਆ ਨਹੀਂ ਵਲੋਗ ਬਣਾਉਣ ਦਾ ਟਾਈਮ, ਅਤੇ ਭੱਜ ਕੇ ਟ੍ਰੇਨ ਲਈ ਹੈ, ਬੱਸਾਂ ਹੀ ਮਿਲੀ ਹੈ। ਅਤੇ ਹੁਣ ਆਪਾਂ ਜਾਵਾਂਗੇ ਜੁੰਡਲਪ ਸਟੇਸ਼ਨ 'ਤੇ, ਉੱਥੋਂ ਸਿੱਧਾ ਜੂਣੀ ਦਿਖਾਉਣੇ ਤੈਨੂੰ ਕੋਈ ਟਾਈਮ ਲੈਪਸ। Don't want to believe it. Tough love. ਬਾਬਿਓ, ਅਸੀਂ ਪਹੁੰਚ ਗਏ ਯੂਨੀਵਰਸਿਟੀ ਓਰੀਐਂਟੇਸ਼ਨ 'ਤੇ, ਅਤੇ ਸਾਨੂੰ ਇਹਨਾਂ ਨੇ ਟਾਸਕ ਦਿੱਤਾ, ਦੇਖ ਲਓ ਟੋਪੀਆਂ ਪਵਾ ਦੀਆਂ ਭੈਣੀ ਮਾਮਿਆਂ ਨੇ। ਅਤੇ ਬਾਕੀ ਸਾਡੀ ਸਾਰੀ ਟੀਮ ਨੂੰ ਵੀ ਆਹ ਪਾਉਣਾ ਪਊਗਾ, 4 ਜਣਿਆਂ ਦੀ ਟੀਮ ਹੈ, ਆਹ ਸਮਾਨਾ ਪਾਉਣਾ ਪਊਗਾ, ਅਤੇ ਆਹ ਕਰਨਾ ਪਊ ਰਿਕਾਰਡਮੈਂਟ ਜਿਹਾ ਸਾਰਾ, ਅਤੇ ਫੋਟੋ ਖਿੱਚਣੀ ਫਿਰ ਦਿਖਾਉਣੀ ਹੈ। ਇਹੋ ਜਿਹੇ ਟਾਸਕ ਦਿੰਦੇ ਆ ਇੱਧਰ, ਹੋਰ ਬਾਕੀ ਇੱਕ ਸਟੂਡੈਂਟ ਆਈ ਡੀ ਬਣਾ ਲਈ ਪਹਿਲਾਂ, ਅਤੇ ਬਾਕੀ ਹੁਣ ਦੇਖਦੇ ਹਾਂ ਕੀ ਬਣਦਾ ਹੈ। ਬਾਬੇ ਆਹ ਦੇਖੋ, ਆਹ ਦੇਖੋ ਬਾਬੇ, ਹੁਣ ਅਸੀਂ ਇੱਥੇ ਟਾਸਕ ਪੂਰਾ ਕਰਾਂਗੇ, ਸਾਰਿਆਂ ਸਾਹਮਣੇ ਲੱਗ ਗਿਆ, ਮੈਂ ਤਾਂ ਜ਼ਮੀਨ ਦੱਬਦਾ ਹੀ ਆ। ਯਾ ਸੀ ਦਿਸ, ਦਿਸ ਇਜ਼ ਵੀਡੀਓ, ਯਾ ਵੀ ਆਮ ਮੇਕਿੰਗ ਬਲੌਗ, ਓ ਕੋਪੀ ਮਾਈ ਟੁੱਟ। ਆਹ ਦੇਖੋ ਹੁਣ ਆਹ ਪੁਆਣੇ, ਆਹ ਬਾਈ ਕਹਿੰਦਾ ਮੈਂ ਪਾਉਣਾ ਨਹੀਂ, ਪਾਦਾ ਬਾਈ ਫੋਟੋ ਖਿੱਚ ਕੇ ਕੰਮ ਨਹੀਂ ਪੂਰਾ। ਦੇਖੋ ਵੀ ਆਹ ਸਾਨੂੰ ਟਾਸਕ ਦਿੱਤੇ ਨੇ, ਅਸੀਂ ਜਿਹੜਾ ਪਹਿਲਾਂ ਪੂਰਾ ਕਰੂ ਉਹਨੂੰ ਪੈਸੇ ਪੂਸੇ ਦੇਣਗੇ। ਓਕੇ, ਓ ਕੂਲ। ਕਿਸੇ ਕਮਰੇ ਚ ਕੋਲਾ ਰੱਖਿਆ ਹੋਇਆ ਸੀ, ਉਹ ਲੱਭਣਾ ਹੈ, ਦੇਖਦੇ ਹਾਂ ਕਿੱਥੇ ਧਰਿਆ ਹੋਇਆ। ਕੋਲਾ ਲੱਭਣਾ, ਕੋਲਾ ਬੱਤੀ ਉੱਤੋਂ ਲੱਗੂ ਬਾਬੇ, ਕਿੱਥੇ ਦੇਖ, ਕੋਲਾ ਕੋਲਾ ਭਾਲ ਲੈ ਬਾਬੇ, ਅਸੀਂ ਕਮਰੇ 'ਚ ਇਹ ਟਾਸਕ ਹੈ ਸਾਡਾ, ਟੇਬਲ 'ਤੇ ਧਰਿਆ ਹੋਇਆ, ਬੋਰਡ 'ਤੇ ਲਿਖਣਾ ਫਿਰ ਕੁਛ। ਓਕੇ ਬਾਬਿਓ, 4 ਟਾਸਕ ਪੂਰੇ ਕਰਤੇ, 4 ਚਾਰ ਟਾਸਕ ਪੂਰੇ ਕਰਤੇ, ਹੁਣ ਦੇਖਿਓ ਜਦ ਤਾਂ ਇਨਾਮ ਤਾਂ ਅਸੀਂ ਇਹ ਲੈਣਾ ਹੈ। ਇੱਕ ਬਾਬੇ ਉਹ ਆਹ ਸਾਡਾ ਮੈਚ ਲੱਗਿਆ ਦੂਜੀ ਟੀਮ ਦੇ ਨਾਲ, ਆਹ ਬਾਈ ਉਹਦੇ ਨਾਲ ਲੱਗਿਆ, ਅਤੇ ਅਸੀਂ ਬਸ ਇਹ ਮੈਚ ਪੂਰਾ ਕਰਨਾ, ਫਿਰ ਟਾਸਕ ਸਾਡਾ ਹੋਰ ਪੂਰਾ ਪੂਜਾ ਪੂਰਾ ਹੋ ਜੂਗਾ, 1 ਰਹਿ ਗਿਆ ਬਸ ਟਾਸਕ, ਇਹ ਲਾਸਟ ਹੈ, ਉਹਦੇ ਬਾਅਦ ਸਾਨੂੰ ਪ੍ਰਾਈਜ਼ ਮਿਲੂਗਾ। ਓਕੇ, ਇੱਥੋਂ
ਸਿੰਗਾਪੁਰ ਪਤਾ ਨਹੀਂ ਕਿਹੜੀ ਕੰਟਰੀ ਦਾ ਬਾਈ ਸੀ, ਸਿਖਾਉਣ ਲੱਗ ਰਿਹਾ ਸੀ, ਕਹਿੰਦਾ ਅਸੀਂ ਖੇਡਣੇ। ਮੇਰੇ ਤਾਂ ਗੱਲ ਸਭ ਜੀ 'ਚ ਨਹੀਂ ਆਈ, ਉਹਦੀ ਤਾਂ ਇਹ ਖੇਡਣੀ ਰੀਅਲ 'ਚ ਨਹੀਂ ਖੇਡੀ ਕਦੇ। ਮਾਰ ਬਾਈ ਮਾਰ ਹਾਂਜੀ ਬਾਬੇ। ਹਾਂਜੀ ਬਾਬੇ, ਉਹ ਕੰਮ ਹੋ ਗਿਆ ਸਮਾਪਤ, ਕਾਰਡ ਬਣ ਗਿਆ ਆਪਣਾ ਯੂਨੀਵਰਸਿਟੀ ਦਾ, ਅਤੇ ਬਾਕੀ ਆ ਉਹਦੇ ਪ੍ਰਾਈਜ਼ ਜੇ ਵੰਡੀ ਜਾਂਦੇ ਨੇ ਤੁਹਾਨੂੰ ਦਿਖਾਉਣਾ ਮੈਂ, ਅਤੇ ਠੀਕ ਰਿਹਾ ਬਾਕੀ ਪੀਜ਼ਿਆਂ ਦਾ ਨਜ਼ਾਰਾ ਆ ਗਿਆ। ਆਪਾਂ ਤੁਹਾਨੂੰ ਪਤਾ ਪੰਜਾਬੀ ਲਾਦਾ ਮੂਸੇ ਵਾਲਾ ਜੱਟਾਂ ਨੇ ਆ ਬਾਈ ਪਾਕਿਸਤਾਨ ਤੋਂ ਨੇ, ਦੇਖ ਲਾ ਯਾਰ ਆ ਬੀਬੀ ਤੋਂ ਲਵਾਇਆ। ਸਾਡਾ ਕੰਮ ਹੋ ਗਿਆ ਸਮਾਪਤ, ਅਤੇ ਹੁਣ ਅਸੀਂ ਜਾਵਾਂਗੇ ਸਟੇਸ਼ਨ 'ਤੇ, ਅਤੇ ਨਜ਼ਾਰਾ ਪੂਰਾ ਆਇਆ ਦੇਖ ਲਓ। ਫਰੀ ਦਾ ਕੋਲਡ ਡਰਿੰਕ ਕਿੱਥੇ ਛੱਡਦੇ ਨੇ ਜੱਟ, ਵਿੱਚ ਮੂਸੇ ਚਲਾਤੀ ਉਹ ਗਾਣਾ, ਸ਼ਾਇਦ ਉਹ ਗਾਣਾ ਜਿਹੜਾ ਮੂਸੇ ਵਾਲਾ ਚਲਾਇਆ ਸੀ ਉਹ ਮੈਂ ਤੇਜ਼ ਕਰ ਦੂੰਗਾ, ਕਾਪੀਰਾਈਟ ਨਾ ਜੇ ਤਾਂ ਕਰਕੇ। ਹਾਂਜੀ ਬਾਬੇ, ਉਹ ਅਸੀਂ ਜਾਣਾ ਤਾਂ ਸਟੇਸ਼ਨ 'ਤੇ ਸੀ, ਪਰ ਸਾਡਾ ਖੇਡਣ ਦਾ ਮੂਡ ਬਣ ਗਿਆ, ਅਤੇ ਆਹ ਅੜੀ ਨਵਾਂ ਬਣਿਆ ਸ਼ਰਨ, ਅਤੇ ਉਹ ਬਾਈ ਵੀ ਹੈ। Don't want to believe it, tough love. ਪੂਰੀ ਲੱਜਤ ਆ ਰਹੀ ਆ ਖੇਡ ਕੇ, ਲੱਜਤ। ਹਾਂਜੀ, ਬਹਿ ਗਏ ਅਸੀਂ ਟ੍ਰੇਨ 'ਚ, ਅਤੇ ਇੱਕ ਮਿੱਤਰ ਬਣਿਆ ਅੱਜ ਇੰਟਰੋਡਿਊਸ ਸ਼ਰਨ, ਅਤੇ ਇਹਦਾ ਇੰਸਟਾਗ੍ਰਾਮ ਕੀ ਆ ਬਾਈ? ਇੰਸਟਾਗ੍ਰਾਮ ਦੱਸ ਦੇ ਤੇਰਾ, ਇੰਸਟਾਗ੍ਰਾਮ ਦੱਸ ਦੇ, ਇੰਸਟਾਗ੍ਰਾਮ ਅਕਾਊਂਟ ਆ ਸ਼ਰਨ ਬਰਾੜ, ਨੋਟ ਡਾਊਨ। ਹਾਂ, ਸਾਰੇ ਨੂੰ ਕਰ ਲਿਓ ਫੋਲੋ ਜੇ ਕਿਸੇ ਨੇ ਵਾਰਤਾਲਾਪ ਕਰਨੀ ਹੋਈ ਇਹਦੇ ਨਾਲ, ਅਤੇ ਮੇਰਾ ਵੀ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਹੋਊਗਾ ਇੰਸਟਾਗ੍ਰਾਮ ਦਾ, ਨਵ 33 ਬਲੌਗਸ, ਅਤੇ ਉਹ ਕਰ ਲਿਓ ਫੋਲੋ ਜਿਹਨੇ ਕੋਈ ਕੁਛ ਪੁੱਛਣਾ ਹੋਵੇ। ਅਤੇ ਅੱਜ ਦਾ ਦਿਨ ਠੀਕ ਰਿਹਾ, ਬਾਕੀ ਕੰਮ 'ਤੇ ਜ਼ਿਆਦਾ ਜੀ ਲੱਗਦਾ ਅੱਜ, ਕਾਲਜ 'ਚ ਘੱਟ ਲੱਗਿਆ ਕਿਉਂਕਿ ਇੱਥੇ ਮੇਰਾ ਇੱਕ ਕੰਮ ਬਣਿਆ, ਉਹ ਵੀ ਗਲਤ ਆ, ਕਾਲਜ ਬਣਦਾ ਹੁੰਦਾ ਉਹਦੇ ਨਾਮ ਗਲਤ ਲਿਖਤਾ, ਇਹੀ ਪੰਗਾ ਹੈ। ਮੇਰੇ ਨਾਲ ਤਾਂ ਹੀ ਹੁੰਦੀ ਹੁੰਦੀ ਹੈ, ਕੱਲ੍ਹ ਨੂੰ ਸਹੀ ਹੋਊਗਾ ਉਹ। ਅਤੇ ਉਹ ਅਤੇ ਇੱਕ ਆਪਣੇ ਹੁਣ ਮੇਰਾ ਵੀ ਬਣ ਗਿਆ ਕਾਰਡ ਟੈਗ ਆਫ ਟੈਗ ਆਉਣ ਵਾਲਾ, ਬਸ ਅਤੇ ਹੁਣ ਰਿਸਪੋਂਸੀਬਿਲਟੀ ਘੱਟ ਗਈ ਥੋੜ੍ਹੀ ਜਿਹੀ, ਬਸ ਕਾਰਡ ਉਹ ਕਰਨਾ ਪਿਆ ਕਰੂ ਆਉਣ 'ਤੇ ਉਹ। ਅਤੇ ਬਾਕੀ ਪਿੱਛੇ ਦੇਖ ਲਓ ਰੋਡ ਦੇ ਨਾਲ ਹੈ ਟ੍ਰੇਨ ਦੀ ਲਾਈਨ, ਅਤੇ ਬਾਕੀ ਉਹ ਅੱਜ ਗੇਮ ਜਿਹੜਾ ਟਾਸਕ ਦਿੱਤਾ ਸੀ ਉਹ 'ਚੋਂ ਸੈਕਿੰਡ ਆ ਗਏ ਸੀ, ਅਤੇ ਫਸਟ ਪਾਕਿਸਤਾਨ ਵਾਲੇ ਭਾਈ ਸੀ। ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਨਾ ਤੇ 33 ਬਲੌਗਸ। ਮਿਲਦੇ ਹਾਂ ਜੀ ਅਗਲੇ ਬਲੌਗ 'ਚ, ਤਦ ਤੱਕ ਲਈ ਧੰਨਵਾਦ ਜੇ ਕੋਈ ਹੋਵੇ ਤੱਕ ਆਇਆ ਬਲੌਗ ਦੇਖਣ। ਸੀ ਯੂ ਗਾਇਸ, ਸੀ ਯੂ ਗਾਇਸ।